ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਪਿਆਰਿਓ, ਤੁਸੀਂ ਉਦਾਸ ਕਿਉਂ ਜੇ? ਦਿਲ ਕਿਉਂ ਢਾਲਿਆ ਜੇ? ਕਿਉਂ ਇੱਕ ਪਾਸੇ ਇਕੱਲੇ ਬੈਠੇ ਠੰਡੇ ਸਾਹ ਲੈਂਦੇ ਪਏ ਹੋ? ਲੱਗਦਾ ਦੁਨੀਆਂ ਦੀਆਂ ਨਾਕਾਮਯਾਬੀਆਂ ਨੇ ਦਿਲ ਤੋੜ ਦਿੱਤਾ। ਸਾਰੀ ਅਕਲ ਤੇ ਸਾਰੀ ਤਾਕਤ ਖਰਚ ਕਰਕੇ ਵੀ ਕਾਰਜ ਨਹੀਂ ਸੌਰਦੇ ਦਿਸਦੇ। ਕੋਈ ਵਾਹ ਨਹੀਂ ਜਾਂਦੀ ਤੇ ਕੋਈ ਢੰਗ ਨਹੀਂ ਦਿਸਦਾ। ਜਿਸ ਨਾਲ ਇਹਨਾਂ ਔਕੜਾਂ ਵਿੱਚੋਂ ਨਿਕਲ ਸਕੀਏ। ਘਬਰਾਓ ਨਾ, ਦੁਨੀਆਂ ਦੀ ਕੋਈ ਮੁਸੀਬਤ ਐਸੀ ਨਹੀਂ ਜਿਸ ਦਾ ਇਲਾਜ ਵਾਹਿਗੁਰੂ ਨੇ ਨਾ ਬਣਾਇਆ ਹੋਵੇ। ਜਿਸ ਜ਼ਬਰਦਸਤ ਉਦਾਸੀ ਨੇ ਤੁਹਾਨੂੰ ਘੇਰਿਆ ਹੋਇਆ, ਸ਼ੁਕਰ ਕਰੋ ਕਿ ਇਸ ਨੇ ਤੁਹਾਨੂੰ ਤੰਗ ਕਰਕੇ ਮਜਬੂਰ ਕੀਤਾ ਕਿ ਤੁਸੀਂ ਜ਼ਰਾ ਕਿਤੇ ਹੋਰ ਵੇਖੋ ਤੇ ਇੱਥੋਂ ਜਿਹੜੀ ਪੌੜੀ ਸੁੱਖ ਤੇ ਖੁਸ਼ੀ ਵਾਲੇ ਦਰਬਾਰ ਨੂੰ ਸਿੱਧੀ ਲੱਗੀ ਹੋਈ ਹੈ ਉਹ ਤੁਹਾਨੂੰ ਦਿਸੇ ਤੇ ਤੁਸੀਂ ਉਹਦੇ ਤੇ ਚੜ ਜਾਓ। ਜ਼ਰਾ ਇਸ ਦੁਨੀਆਂ ਤੋਂ ਬਾਹਰ ਨਿਕਲੋ ਤੇ ਆਤਮਿਕ ਦੁਨੀਆਂ ਵਿੱਚ ਦਾਖਲ ਹੋ ਜਾਓ। ਇਹ ਤਬਦੀਲੀ ਕਰਨ ਵਾਸਤੇ ਕੋਈ ਮਕਾਨ ਜਾਂ ਸ਼ਹਿਰ ਬਦਲਣ ਦੀ ਲੋੜ ਨਹੀਂ, ਸਿਰਫ ਮਨ ਦੀ ਅਵਸਥਾ ਬਦਲਣ ਦੀ ਲੋੜ ਹੈ। ਤੇ ਉਹਦੇ ਵਾਸਤੇ ਆਓ ਤੁਹਾਨੂੰ ਇੱਕ ਸੱਚਾ ਤੇ ਸੌਖਾ ਰਸਤਾ ਦੱਸਣੇ। ਆਮ ਕਰਕੇ ਗੁਰਸਿੱਖ ਸ਼ਿਕਾਇਤ ਕਰਦੇ ਨੇ ਕਿ ਉਹਨਾਂ ਨੂੰ ਤੇ ਦੁਨੀਆਂ ਦੇ ਕੰਮਾਂ ਤੋਂ ਹੀ ਵਿਹਲ ਨਹੀਂ ਮਿਲਦਾ, ਵਕਤ ਦੀ ਕਮੀ ਹੈ। ਤੇ ਦੂਸਰੀ ਮੁਸ਼ਕਲ ਇਹ ਦੱਸਦੇ ਨੇ ਸਵੇਰੇ ਉੱਠਿਆ ਨਹੀਂ ਜਾਂਦਾ। ਤੀਸਰੀ ਗੱਲ ਇਹ ਵੀ ਸਿਮਰਨ ਦੀ ਸਮਾਧੀ ਤੇ ਇੱਕ ਬੜਾ ਔਖਾ ਕੰਮ ਹੈ ਤੇ ਉਸ ਉੱਚੀ ਘਾਟੀ ਤੇ ਚੜ੍ਹਨ ਦਾ ਹੀਆ ਨਹੀਂ ਪੈਂਦਾ। ਇਹਨਾਂ ਸਭ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਤੁਹਾਨੂੰ ਰਸਤਾ ਦੱਸ ਰਹੇ ਹਾਂ ਉਹ ਬੜਾ ਸੌਖਾ ਤੇ ਸਵਾਦਲ ਹੈ। ਲੋੜ ਸਿਰਫ ਇਸ ਗੱਲ ਦੀ ਹੈ ਬਈ ਧਿਆਨ ਨਾਲ ਉਸ ਰਸਤੇ ਤੇ ਤੁਰਨ ਲਈ ਤਿਆਰ ਹੋ ਜਾਓ। ਉਹ ਸੌਖਾ ਰਸਤਾ ਇਹ ਕਿ ਅਸੀਂ ਉੱਠਦਿਆਂ ਬਹਿੰਦਿਆਂ ਤੁਰਦਿਆਂ ਲੰਮੇ ਪਿਆਂ ਜਦੋਂ ਵੀ ਕੋਈ ਵਕਤ ਮਿਲੇ ਵਾਹਿਗੁਰੂ ਦਾ ਜਾਪ ਕਰੀਏ। ਜਾਪ ਸਿਰਫ ਖਿਆਲਾਂ ਨਾਲ ਹੀ ਨਾ ਹੋਵੇ, ਮਨ ਵਿੱਚ ਪਹਿਲਾਂ ਪਿਆਲ ਮਨ ਵਿੱਚ ਪਹਿਲੋਂ ਇਹ ਖਿਆਲ ਹੋਵੇ ਵਾਹਿਗੁਰੂ ਮੇਰੇ ਨਾਲ ਹੈ। ਕੁਝ ਅਭਿਆਸ ਕਰਨ ਨਾਲ ਇਹ ਜਾਪੇਗਾ ਕਿ ਉਹ ਇੱਕ ਬਹੁਤ ਵੱਡੀ ਸ਼ਕਤੀ, ਮਾਤਾ ਪਿਤਾ ਵਾਂਗ ਪਿਆਰ ਕਰਨ ਵਾਲੀ ਸ਼ੈ ਹਰ ਵੇਲੇ ਮੇਰੇ ਕੋਲ ਹੈ। ਸਭ ਕੁਝ ਇੱਥੋਂ ਮਿਲੇਗਾ ਤੇ ਸਭ ਕੰਮ ਦਾ ਸਹਾਰਾ ਉਹ ਹੈ। ਵਾਹਿਗੁਰੂ ਸਰਵ ਵਿਆਪਕ ਹੈ, ਇਸ ਲਈ ਉਸਨੂੰ ਆਪਣੇ ਕੋਲ ਲਿਆਉਣ ਲਈ ਕਿਸੇ ਯਤਨ ਦੀ ਲੋੜ ਨਹੀਂ। ਇਹ ਜਾਣਨਾ ਕਿ ਉਹ ਅੱਗੇ ਹੀ ਤੇ ਹਰ ਵੇਲੇ ਮੌਜੂਦ ਹੈ, ਬਸ ਇਤਨਾ ਹੀ ਕਾਫੀ ਹੈ। ਇਹ ਖਿਆਲ ਜਦੋਂ ਤੱਕ ਮਨ ਵਿੱਚ ਪੱਕਾ ਨਾ ਬਹਿ ਜਾਏ ਉਦੋਂ ਤੱਕ ਹੋਰ ਕਿਸੇ ਖਿਆਲ ਨੂੰ ਆਪਣੇ ਮਨ ਵਿੱਚ ਨਾ ਲਿਆਓ। ਦੂਸਰਾ ਖਿਆਲ ਇਹ ਕਿ ਵਾਹਿਗੁਰੂ ਦੇ ਕੋਲ ਹੋਣ ਨਾਲ ਮਾਇਆ ਦੇ ਸਾਰੇ ਰੰਗ, ਪਾਪ, ਬਿਮਾਰੀ, ਥੋੜ ਤੇ ਬੇਚੈਨੀ ਇਹ ਸਭ ਨਾਸ ਹੋ ਜਾਂਦੇ ਨੇ ਤੇ ਉਹਨਾਂ ਦੀ ਥਾਂ ਤੇ ਸੁੱਖ, ਸਿਹਤ, ਆਨੰਦ
ਅਤੇ ਬੇਅੰਤਤਾ ਸਾਰਾ ਕੁਝ ਮਿਲ ਜਾਂਦਾ ਹੈ। ਗੁਰੂ ਜੀ ਆਖਦੇ ਨੇ, ਦੁੱਖ ਨਾਠੇ ਸੁਖ ਸਹਿਜ ਸਮਾਏ, ਆਨੰਦ ਆਨੰਦ ਗੁਣ ਗਾਇਆ। ਇਸ ਅਭਿਆਸ ਦੀ ਲੋੜ ਹੈ। ਹੁਣ ਇਸ ਜਾਪ ਨਾਲ ਜ਼ਰੂਰੀ ਹੈ ਕਿ ਮਨੁੱਖ ਵਿੱਚ ਆਤਮਿਕ ਸ਼ਕਤੀ ਪੈਦਾ ਹੋਵੇ। ਜਿੱਧਰ ਵੀ ਨਜ਼ਰ ਕਰੇ ਸਾਰੇ ਦੁੱਖ ਤੇ ਭੁੱਖ ਬਰਬਾਦ ਤੇ ਸੁਖ ਤੇ ਭਰਪੂਰਤਾ ਪੈਦਾ ਹੋਵੇ। ਮਨ ਨੂੰ ਸ਼ਾਂਤੀ ਹੋਵੇ ਤੇ ਸਭ ਕੰਮ ਸੌਰੇ ਹੋਏ ਨਜ਼ਰ ਆਉਣ। ਜਿੰਨੇ ਅਭਿਆਸ ਨਾਲ ਸੁਰਤ ਤਰੱਕੀ ਕਰੇਗੀ, ਓਨਾ ਹੀ ਆਤਮਿਕ ਸ਼ਕਤੀ ਦਾ ਪ੍ਰਕਾਸ਼ ਹੋਵੇਗਾ ਤੇ ਓਨਾ ਹੀ ਨਤੀਜਾ ਨਿਕਲੇਗਾ। ਪਹਿਲੋਂ ਪਹਿਲ ਕਾਮਯਾਬੀ ਥੋੜੀ ਹੋਵੇਗੀ, ਫਿਰ ਹੌਲੀ ਹੌਲੀ ਵੱਧਦੀ ਜਾਏਗੀ ਤੇ ਨਤੀਜਾ ਇਸ ਪਾਸੇ ਦੀ ਤਰੱਕੀ ਦਾ ਸਾਨੂੰ ਸੁਨੇਹਾ ਦਿੰਦਾ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੋਜ਼ ਸਮਝ ਕੇ ਕਰੋ ਤੇ ਗੁਰੂ ਦੇ ਦੱਸੇ ਹੋਏ ਅਸੂਲਾਂ ਨੂੰ ਮਨ ਵਿੱਚ ਰੱਖ ਕੇ ਧਿਆਨ ਨਾਲ ਵਰਤੋ। ਜਿੱਥੋਂ ਤੱਕ ਹੋ ਸਕੇ ਜ਼ਰੂਰ ਅਭਿਆਸ ਕਰੋ। ਹਾਂ, ਪਾਪ ਤੋਂ ਜ਼ਰੂਰ ਪਰਹੇਜ਼ ਰੱਖੋ। ਆਪਣਾ ਘਰ ਤੂੰ ਘਰੋਂ ਬਾਹਰ ਕਿਉਂ ਨਿਕਲਣਾ ਹੈ ਤੇ ਭੁੱਖਿਆਂ ਵਾਂਗ ਇੱਧਰ ਉੱਧਰ ਕੀ ਵੇਖਦਾ ਪਿਆ? ਸਿਹਤ ਤੇ ਦੌਲਤ ਕਿੱਥੇ ਲੱਭਦਾ ਪਿਆ ਇਸ ਦੁਨੀਆਂ ਵਿੱਚ? ਉਹ ਕਮਲਿਆ, ਹੋਸ਼ ਕਰ। ਜਿੱਥੇ ਤੂੰ ਸਿਹਤ ਤੇ ਦੌਲਤ ਲੱਭ ਰਿਹਾ ਉਹ ਤੇ ਇੱਥੇ ਹੈ ਹੀ ਨਹੀਂ। ਦੁਨੀਆਂ ਵੀ ਥੋਥੀ ਏ, ਖਾਲੀ ਏ, ਧੋਖਾ ਹੈ। ਦਿਖਾ ਕੇ ਸਭ ਕੁਝ ਵਾਪਸ ਲੈ ਲੈਂਦੀ ਏ। ਇਹ ਤੇ ਬਿਮਾਰੀਆਂ ਦਾ ਘਰ ਹੈ। ਮਾਯੂਸੀ ਤੇ ਗਰੀਬੀ ਸਭ ਪਾਸੇ ਛਾਈ ਹੋਈ ਏ। ਇੱਥੇ ਤਾਂ ਜੋ ਕੁਝ ਤੇਰੇ ਕੋਲ ਹੈ ਉਹ ਵੀ ਗਵਾ ਲਵੇਂਗਾ। ਜਾ ਪਿੱਛੇ ਮੁੜ, ਆਪਣੇ ਪਿਤਾ ਦੇ ਭਰਪੂਰ ਘਰ ਸੱਚਖੰਡ ਵਿੱਚ ਮੁੜ ਜਾ, ਜਿੱਥੇ ਵਿਰਸੇ ਵਿੱਚ ਹੀ ਤੈਨੂੰ ਸਿਹਤ ਤੇ ਬੇਅੰਤ ਚੀਜ਼ਾਂ ਅੱਗੇ ਹੀ ਤੇਰੇ ਵਾਸਤੇ ਮੌਜੂਦ ਨੇ, ਤੇ ਜਿੱਥੇ ਮਾਤਾ ਪਿਤਾ ਭਾਵ ਸੱਚਾ ਪਿਤਾ ਵਾਹਿਗੁਰੂ ਤੇਰੀ ਵਿਛੜੇ ਹੋਏ ਪੁੱਤਰ ਦੀ ਰਾਹ ਤੱਕ ਰਿਹਾ। ਸੱਚਖੰਡ ਕਿਸੇ ਥਾਂ ਦਾ ਨਾਂ ਨਹੀਂ, ਇਹ ਮਨ ਦੀ ਅਵਸਥਾ ਦਾ ਨਾਮ ਹੈ। ਹਾਂ, ਜੇ ਮਨ ਵਿੱਚ ਵਾਹਿਗੁਰੂ ਵਸ ਰਿਹਾ ਹੋਵੇ, ਉਹ ਵਾਲਾ ਵਾਹਿਗੁਰੂ ਜਿਸ ਦੇ ਬਾਰੇ ਵਿੱਚ ਗੁਰੂ ਨੇ ਆਖਿਆ ਸੀ, ਸਭ ਕਿਛ ਕਰਮ ਹੈ ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਜਾਂ ਗੁਰੂ ਅਮਰਦਾਸ ਜੀ ਆਖਦੇ ਨੇ, ਘਰੇ ਅੰਦਰ ਸਭ ਵੱਥ ਹੈ ਬਾਹਰ ਕਿਛ ਨਾਹੀਂ, ਗੁਰਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ। ਅਰਦਾਸ ਰਾਹੀਂ ਦੁੱਖ ਤੇ ਭੁੱਖ ਦਾ ਇਲਾਜ। ਅੱਜ ਅਸੀਂ ਤੁਹਾਨੂੰ ਇੱਕ ਅਰਦਾਸ ਦੱਸਣ ਲੱਗੇ ਹਾਂ, ਜਿਹੜੀ ਅਰਦਾਸ ਵਾਹਿਗੁਰੂ ਦੇ ਸਦੀਵੀ ਹੁਕਮਾਂ ਦੇ ਮੁਤਾਬਕ ਬਣਾਈ ਗਈ ਹੈ। ਜਿਵੇਂ ਇੱਕ ਬਿਜਲੀ ਘਰ ਵਾਹਿਗੁਰੂ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਨਾਲ ਬਿਜਲੀ ਪੈਦਾ ਕਰ ਦਿੰਦਾ ਹੈ, ਪਰ ਜੇ ਉਹਨਾਂ ਹੁਕਮਾਂ ਨੂੰ ਸਮਝਿਆ ਨਾ ਜਾਵੇ ਤੇ ਪੂਰੀ ਤਰ੍ਹਾਂ ਵਰਤੀਏ ਨਾ ਤਾਂ ਬਿਜਲੀ ਪੈਦਾ ਨਹੀਂ ਹੁੰਦੀ।
ਇਸੇ ਤਰ੍ਹਾਂ ਵਾਹਿਗੁਰੂ ਦੇ ਕਾਨੂੰਨਾਂ ਦੀ ਪੂਰੀ ਸਮਝ ਤੇ ਪੂਰੀ ਪਾਲਣਾ ਕੀਤੀ ਜਾਵੇ ਤਾਂ ਮਨੁੱਖ ਦੀਆਂ ਦੋ ਵੱਡੀਆਂ ਤਕਲੀਫਾਂ ਬਿਮਾਰੀ ਤੇ ਭੁੱਖ ਦਾ ਇਲਾਜ ਹੋ ਸਕਦਾ ਹੈ। ਹਰ ਹਾਲ ਪੂਰਾ ਨਤੀਜਾ ਨਿਕਲੇਗਾ। ਹਾਂ, ਜੇ ਪਹਿਲੋਂ ਪਹਿਲ ਸਫਲਤਾ ਨਾ ਵੀ ਹੋਵੇ ਜਾਂ ਪੂਰੀ ਤਰ੍ਹਾਂ ਨਾ ਹੋਵੇ ਤਾਂ ਘਬਰਾਉਣਾ ਨਹੀਂ, ਅਰਦਾਸ ਜਾਰੀ ਰੱਖਣੀ ਹੈ। ਥੋੜ੍ਹੀ ਦੇਰ ਦੇ ਅਭਿਆਸ ਕਰਨ ਤੋਂ ਬਾਅਦ ਹਰ ਹਾਲ ਪੂਰੀ ਸਫਲਤਾ ਆਉਣੀ ਸ਼ੁਰੂ ਹੋ ਜਾਏਗੀ। ਮੈਂ ਆਪਣੇ 12 ਸਾਲਾਂ ਦੇ ਆਤਮਿਕ ਤਜਰਬੇ ਦੀ ਕਾਮਯਾਬੀ ਮਗਰੋਂ ਇਹ ਅਰਦਾਸ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਮੇਰੇ ਆਪਣੇ ਤਜਰਬੇ ਤੋਂ ਇਲਾਵਾ ਹੋਰ ਬਹੁਤ ਸਾਰੇ ਦੇਸ਼ਾਂ, ਖਾਸ ਕਰਕੇ ਅਮਰੀਕਾ ਦੀਆਂ ਬਹੁਤ ਸਾਰੀਆਂ ਕਾਮਯਾਬ ਮਿਸਾਲਾਂ ਮੌਜੂਦ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਵਿੱਚ ਜਿਹੜਾ ਸੁਨੇਹਾ ਲੋਕਾਂ ਨੂੰ ਦਿੱਤਾ ਗਿਆ ਕਿ ਨਾਮ ਨਾਲ ਦੁੱਖ ਤੇ ਭੁੱਖ ਦੋਵੇਂ ਹਟ ਜਾਂਦੇ ਨੇ ਤੇ ਉਹਨਾਂ ਦੀ ਥਾਂ ਤੇ ਪੂਰੀ ਸਿਹਤ, ਪੂਰੀ ਦੇਹ ਅਰੋਗਤਾ ਤੇ ਬੇਅੰਤ ਰਿਜ਼ਕ ਮਿਲਦਾ, ਅਸੀਂ ਇਹ ਅਮਲੀ ਤੌਰ ਤੇ ਸਾਬਤ ਕਰਨਾ। ਦਵਾਈ ਨਾਲ ਬਿਮਾਰੀ ਹਟਾਉਣ ਤੇ ਨਾਮ ਨਾਲ ਬਿਮਾਰੀ ਹਟਾਉਣ ਵਿੱਚ ਫਰਕ ਹੈ ਕਿ ਦਵਾਈ ਨਾਲ ਬਿਮਾਰੀ ਹਟੇ ਜਾਂ ਨਾ ਹਟੇ, ਨਾਮ ਨਾਲ ਜ਼ਰੂਰ ਹਟ ਜਾਏਗੀ, ਭਾਵੇਂ ਜਿਹੋ ਜਿਹੀ ਮਰਜ਼ੀ ਬਿਮਾਰੀ ਕਿਉਂ ਨਾ ਹੋਵੇ। ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਦਵਾਈ ਪੀਣ ਦੀ ਲੋੜ ਨਹੀਂ, ਸਭ ਬਿਮਾਰੀਆਂ ਦਾ ਇੱਕੋ ਨੁਸਖਾ ਹੈ। ਥੋੜ੍ਹੇ ਅਭਿਆਸ ਮਗਰੋਂ ਬਿਮਾਰੀ ਆਉਣੀ ਬਿਲਕੁਲ ਬੰਦ ਹੋ ਜਾਂਦੀ ਹੈ ਤੇ ਬਿਮਾਰੀ ਆਉਣ ਦਾ ਡਰ ਵੀ ਖਤਮ ਹੋ ਜਾਂਦਾ। ਕਿਸੇ ਖਾਸ ਤਰ੍ਹਾਂ ਦੀ ਖੁਰਾਕ ਦੀ ਵੀ ਲੋੜ ਨਹੀਂ, ਕੋਈ ਖਾਸ ਵਰਜਿਸ਼ ਦੀ ਲੋੜ ਨਹੀਂ ਰਹਿੰਦੀ। ਬੁਢੇਪੇ ਦੀ ਉਮਰ ਦੀਆਂ ਕਮਜ਼ੋਰੀਆਂ ਨਹੀਂ ਆਉਂਦੀਆਂ ਅਤੇ ਸਦਾ ਦੀ ਜਵਾਨੀ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਬੰਦੇ ਨੂੰ ਰੋਟੀ ਦੇ ਘਾਟੇ ਦਾ ਡਰ ਖਤਮ ਹੋ ਜਾਂਦਾ ਹੈ। ਵਾਹਿਗੁਰੂ ਦੀ ਜੋਤ ਹੋਣ ਕਰਕੇ ਸਿਹਤ ਤੇ ਰੋਟੀ ਮਨੁੱਖ ਨੂੰ ਵਿਰਸੇ ਵਿੱਚ ਮਿਲਦੇ ਨੇ। ਮੰਗਣ ਦੀ ਲੋੜ ਨਹੀਂ, ਕਾਨੂੰਨ ਨੂੰ ਸਮਝਣ ਦੀ ਲੋੜ ਹੈ, ਕਿਉਂਕਿ ਸਾਰੇ ਕਾਨੂੰਨ ਲਿਖੇ ਨਹੀਂ ਜਾ ਸਕਦੇ, ਦੱਸੇ ਨਹੀਂ ਜਾ ਸਕਦੇ। ਇਸ ਲਈ ਕੁਝ ਮੋਟੇ ਕਾਨੂੰਨ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਸਮਝ ਕੇ ਵਰਤਨ ਨਾਲ ਕਾਮਯਾਬ ਨਤੀਜਾ ਨਿਕਲਣਾ ਜ਼ਰੂਰੀ ਹੈ, ਭਾਵ ਹਰ ਹਾਲ ਸਫਲਤਾ ਹੋਵੇਗੀ। ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ, ਖਾਸ ਕਰਕੇ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਨੂੰ ਪੜ੍ਹ ਕੇ ਹੋਰ ਚੰਗੀ ਤਰ੍ਹਾਂ ਤੁਸੀਂ ਇਹ ਸਾਰੀ ਗੱਲ ਸਮਝ ਲਵੋਗੇ। ਆਓ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਦੇ ਹੁਕਮਾਂ ਦੇ ਬਾਰੇ ਵਿੱਚ ਦੱਸਦੇ ਹਾਂ। ਇਹਨਾਂ ਨੂੰ ਪਹਿਲਾਂ ਕੁਝ ਵਾਰ ਪੜ੍ਹ ਕੇ ਚੰਗੀ ਤਰ੍ਹਾਂ ਸਮਝ ਲਵੋ, ਫਿਰ ਅਸੀਂ ਮਾਇਆ ਦੀਆਂ ਬਿਮਾਰੀਆਂ, ਥੁੜਾਂ ਤੇ ਜੋ ਕੁਝ ਔਕੜਾਂ ਦਾ ਕਾਰਨ ਹੈ ਉਸ ਦੇ ਬਾਰੇ ਵਿੱਚ ਤੁਹਾਨੂੰ ਦੱਸਾਂਗੇ। ਤੀਸਰੇ ਭਾਗ ਵਿੱਚ ਫਿਰ ਤੁਹਾਨੂੰ ਅਰਦਾਸ ਦੇ ਬਾਰੇ ਵਿੱਚ ਦੱਸਾਂਗੇ ਤੇ ਉਸ ਤੋਂ ਬਾਅਦ ਕੁਝ ਸ਼ਬਦ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਬਿਮਾਰੀ ਦੂਰ ਕਰਨ ਵਾਸਤੇ ਅਰਦਾਸ ਹਰ ਰੋਜ਼ 2 ਵਾਰ ਜ਼ਰੂਰ ਕਰੋ। ਅਰਦਾਸ ਦੇ ਨਾਲ ਆਪਣੇ ਹਾਲ ਦੇ ਮੁਤਾਬਕ ਕੁਝ ਕਾਨੂੰਨ ਤੇ ਕੁਝ ਸ਼ਬਦਾਂ ਦਾ ਨਾਲ ਨਾਲ ਪਾਠ ਕਰਨਾ ਜ਼ਰੂਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਨਾਲ ਬੜੀ ਮਦਦ ਮਿਲਦੀ ਹੈ।
ਪਹਿਲਾ ਹਿੱਸਾ ਵਾਹਿਗੁਰੂ ਦੇ ਕਦੇ ਨਾ ਬਦਲਣ ਵਾਲੇ ਕਾਨੂੰਨ। ਪਹਿਲੀ ਗੱਲ, ਵਾਹਿਗੁਰੂ ਸਰਵ ਵਿਆਪਕ ਹੈ। ਹਰ ਥਾਂ ਤੇ ਹਰ ਵੇਲੇ ਹਰ ਚੀਜ਼ ਵਿੱਚ ਬਿਰਾਜਮਾਨ ਹੈ, ਕਦੇ ਵੀ ਦੂਰ ਨਹੀਂ ਹੁੰਦਾ। ਵਾਹਿਗੁਰੂ ਸਰਵ ਸ਼ਕਤੀਮਾਨ ਹੈ, ਬੇਅੰਤ ਸ਼ਕਤੀ ਹੈ ਉਸਦੇ ਪਾਸ। ਇਸ ਤੋਂ ਇਸ ਇਲਾਵਾ ਹੋਰ ਕੋਈ ਸ਼ਕਤੀ ਕੰਮ ਨਹੀਂ ਕਰ ਰਹੀ। ਮਾਇਆ ਝੂਠੀ ਹੈ, ਇਸ ਲਈ ਉਸਦੀ ਸ਼ਕਤੀ ਵੀ ਝੂਠੀ ਹੈ। ਵਾਹਿਗੁਰੂ ਦੀ ਸ਼ਕਤੀ ਦੇ ਸਾਹਮਣੇ ਮਾਇਆ ਠਹਿਰ ਨਹੀਂ ਸਕਦੀ ਤੇ ਫੌਰਨ ਬਰਬਾਦ ਹੋ ਜਾਂਦੀ ਹੈ। ਵਾਹਿਗੁਰੂ ਅੰਤਰਜਾਮੀ ਹੈ, ਸਾਰਾ ਕੁਝ ਜਾਣਦਾ ਹੈ। ਸੱਚ ਹੀ ਸੱਚ ਹੈ, ਹਮੇਸ਼ਾ ਹੈ, ਇੱਕੋ ਜਿਹਾ, ਕਦੇ ਨਹੀਂ ਬਦਲਦਾ। ਮਹਾ ਆਨੰਦ ਹੈ, ਚੈਨ ਹੀ ਚੈਨ ਹੈ, ਹਰ ਵੇਲੇ ਹਰ ਥਾਂ ਤੇ ਮੌਜੂਦ ਹੈ, ਪੂਰਨ ਹੈ। ਵਾਹਿਗੁਰੂ ਵਿੱਚ ਹਰੇਕ ਚੰਗੀ ਚੀਜ਼ ਮੌਜੂਦ ਹੈ, ਕਿਸੇ ਚੀਜ਼ ਦੀ ਕਦੇ ਥੁੜ ਨਹੀਂ ਆ ਸਕਦੀ, ਭਰਪੂਰ ਹੈ। ਮਾਇਆ ਦਾ ਜਾਂ ਬੁਰਾਈ ਦਾ ਜਾਂ ਮਾਇਆ ਦੀਆਂ ਤਕਲੀਫਾਂ ਦਾ ਉਸ ਵਿੱਚ ਨਾਮੋ ਨਿਸ਼ਾਨ ਵੀ ਨਹੀਂ। ਵਾਹਿਗੁਰੂ ਸਭ ਥਾਂ ਤੇ ਹੈ, ਕੋਈ ਥਾਂ ਉਸ ਤੋਂ ਖਾਲੀ ਨਹੀਂ, ਕਦੇ ਕੋਈ ਚੀਜ਼ ਨਹੀਂ ਮੁੱਕਦੀ, ਤੇ ਜੋ ਕੁਝ ਮਨੁੱਖ ਨੂੰ ਮਿਲਣਾ ਉਹ ਪੱਕਾ ਤੇ ਸਦੀਵੀ। ਵਾਹਿਗੁਰੂ ਪ੍ਰੇਮ ਹੀ ਪ੍ਰੇਮ ਹੈ, ਮਾਤਾ ਹੈ, ਪਿਤਾ ਹੈ। ਵਾਹਿਗੁਰੂ ਦੀ ਸ਼ਰਨ ਵਿੱਚ ਆਇਆ ਪਿਛਲੇ ਸਾਰੇ ਪਾਪ ਧੋਤੇ ਜਾਂਦੇ ਨੇ ਤੇ ਅੱਗੇ ਤੋਂ ਪਾਪ ਹੋਣੇ ਬੰਦ ਹੋ ਜਾਂਦੇ ਨੇ। ਪੁੱਤਰ ਹੋਣ ਕਰਕੇ ਮਨੁੱਖ ਨੂੰ ਵਾਹਿਗੁਰੂ ਦੇ ਸਾਰੇ ਗੁਣ ਵਿਰਾਸਤ ਵਿੱਚ ਮਿਲ ਰਹੇ ਨੇ, ਮੰਗਣ ਦੀ ਵੀ ਲੋੜ ਨਹੀਂ ਪੈਂਦੀ। ਵਾਹਿਗੁਰੂ ਆਪਣੇ ਪ੍ਰੇਮ ਕਰਕੇ ਹੀ ਸਹਾਇਤਾ ਕਰ ਰਿਹਾ ਅਤੇ ਬੇਅੰਤ ਰਿਜ਼ਕ ਦੇ ਰਿਹਾ, ਬਿਮਾਰੀ ਨੇੜੇ ਨਹੀਂ ਆਉਣ ਦਿੰਦਾ। ਵਾਹਿਗੁਰੂ ਹਮੇਸ਼ਾ ਦੀ ਜ਼ਿੰਦਗੀ ਹੈ, ਜਿਸ ਵਿੱਚ ਬਿਮਾਰੀ ਹੈ ਨਹੀਂ, ਮੌਤ ਵੀ ਨਹੀਂ ਹੈਗੀ। ਹਰ ਵੇਲੇ ਦੀ ਸਿਹਤ ਸਾਨੂੰ ਮਿਲੇਗੀ। ਪੂਰੀ ਅਕਲ ਅਤੇ ਦਾਨਾਈ ਹੈ ਤੇ ਕਦੇ ਵੀ ਨਾ ਥੱਕਣ ਵਾਲੀ ਸ਼ਕਤੀ ਹੈ। ਵਾਹਿਗੁਰੂ ਨੂੰ ਆਪਣੇ ਕੋਲ ਮੌਜੂਦ ਵੇਖਣ ਨਾਲ ਬਿਮਾਰੀ ਰਹਿ ਹੀ ਨਹੀਂ ਸਕਦੀ, ਨਾਸ ਹੋ ਜਾਂਦੀ ਹੈ, ਥੋੜ ਖਤਮ ਹੋ ਜਾਂਦੀ ਹੈ ਅਤੇ ਬੇਅੰਤ ਰਿਜ਼ਕ ਮਿਲਦਾ। ਵਾਹਿਗੁਰੂ ਮਨੁੱਖ ਵਿੱਚ ਪ੍ਰਕਾਸ਼ ਕਰ ਰਿਹਾ ਤੇ ਮਨੁੱਖ ਵਾਹਿਗੁਰੂ ਵਿੱਚ ਸਮਾ ਰਿਹਾ। ਨਾ ਕੋਈ ਮੈਲ, ਨਾ ਕੋਈ ਖਰਾਬੀ ਜਾਂ ਬਿਮਾਰੀ ਜਾਂ ਥੋੜ ਪੈਦਾ ਹੋ ਸਕਦੀ ਹੈ। ਵਾਹਿਗੁਰੂ ਅਮਿਣਵੈ, ਵਾਹਿਗੁਰੂ ਬੇਅੰਤ ਹੈ। ਸਭ ਲੋੜਾਂ ਉਸ ਨੂੰ ਆਪਣੇ ਕੋਲ ਮਹਿਸੂਸ ਕਰਨ ਨਾਲ ਪੂਰੀਆਂ ਹੋ ਜਾਂਦੀਆਂ ਨੇ। ਉਸਦੇ ਕੋਲ ਹੁੰਦਿਆਂ ਕੋਈ ਭੈੜੀ ਇੱਛਾ ਪੈਦਾ ਹੀ ਨਹੀਂ ਹੁੰਦੀ ਤੇ ਚੰਗੀ ਇੱਛਾ ਪੂਰੀ ਹੁੰਦਿਆਂ ਦੇਰ ਨਹੀਂ ਲੱਗਦੀ। ਕਿਸੇ ਚੀਜ਼ ਦਾ ਖਜ਼ਾਨਾ ਕਦੇ ਨਹੀਂ ਮੁੱਕਦਾ। ਵਾਹਿਗੁਰੂ ਸਭ ਜ਼ਰੂਰੀ ਇਨਸਾਨੀ ਲੋੜਾਂ ਪੂਰੀਆਂ ਕਰਦਾ, ਮੰਗਣ ਤੋਂ ਬਿਨਾਂ ਦਾਨ ਦਿੰਦਾ। ਅਸੀਂ ਮਾਇਆ ਦੇ ਹਨੇਰੇ ਵਿੱਚ ਬੈਠੇ ਹੋਏ ਵਾਹਿਗੁਰੂ ਦੀਆਂ ਬਰਕਤਾਂ ਪੂਰੀਆਂ ਹਾਸਲ ਨਹੀਂ ਕਰਦੇ, ਸਾਨੂੰ ਦਿਸਦੀਆਂ ਵੀ ਨਹੀਂ, ਭਾਵੇਂ ਕਿ ਮੌਜੂਦ ਵੀ ਹੋਣ। ਵਾਹਿਗੁਰੂ ਦੇ ਗਿਆਨ ਦੇ ਚਾਨਣ ਵਿੱਚ ਬੈਠਿਆਂ ਸਭ ਬਰਕਤਾਂ ਦਾ ਦਾਨ ਦਿਸ ਪੈਂਦਾ ਤੇ ਅਸੀਂ ਲੈ ਸਕਦੇ ਹਾਂ। ਵਾਹਿਗੁਰੂ ਸਾਡੇ ਅੰਦਰ ਮੌਜੂਦ ਹੈ,
ਸਾਰੇ ਕੰਮ ਆਪਣੀ ਮਰਜ਼ੀ ਨਾਲ ਕਰ ਰਿਹਾ ਤੇ ਕਰਵਾ ਰਿਹਾ। ਇਸ ਅਵਸਥਾ ਦਾ ਅਭਿਆਸ ਕਰਨ ਨਾਲ ਕੋਈ ਕੰਮ ਗਲਤ ਜਾਂ ਖਰਾਬ ਹੁੰਦਾ ਹੀ ਨਹੀਂ ਤੇ ਨਾ ਹੀ ਲੰਮੀਆਂ ਲੰਮੀਆਂ ਸੋਚਾਂ ਸੋਚਣੀਆਂ ਪੈਂਦੀਆਂ ਨੇ। ਪੂਰਾ ਅਭਿਆਸ ਕਰਨ ਨਾਲ ਮਨੁੱਖ ਕੰਮ ਦੀ ਨੇਕੀ ਜਾਂ ਬਦੀ ਦਾ ਜ਼ਿੰਮੇਵਾਰ ਨਹੀਂ ਰਹਿੰਦਾ। ਕਿਉਂ? ਕਿਉਂਕਿ ਬੁਰਾਈ ਹੋ ਹੀ ਨਹੀਂ ਸਕਦੀ। ਮਨੁੱਖ ਵਾਹਿਗੁਰੂ ਦੀ ਜੋਤ ਹੈ ਤੇ ਜੋਤ ਨੂੰ ਕਦੇ ਪਾਪ ਨਹੀਂ ਲੱਗਦਾ, ਬਿਮਾਰੀ ਨਹੀਂ ਆਉਂਦੀ, ਮੌਤ ਵੀ ਨਹੀਂ ਆਉਂਦੀ ਅਤੇ ਜੋਤ ਵਿੱਚ ਵਾਹਿਗੁਰੂ ਦੇ ਸਾਰੇ ਗੁਣ ਪ੍ਰਕਾਸ਼ਮਾਨ ਹੋ ਜਾਂਦੇ ਨੇ। ਜਿਵੇਂ ਸੂਰਜ ਦਾ ਤੇ ਸੂਰਜ ਦੀ ਕਿਰਨ ਦਾ ਸੰਬੰਧ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਤੇ ਮਨੁੱਖ ਦਾ ਸੰਬੰਧ ਹੈ। ਮਨੁੱਖ ਦਾ ਅਸਲ ਵਾਸਾ ਜੋਤ ਵਿੱਚ ਹੈ ਤੇ ਵਾਹਿਗੁਰੂ ਦੀ ਜੋਤ ਹੀ ਇਸ ਦੀ ਪਾਲਣਾ ਕਰ ਰਹੀ। ਵਾਹਿਗੁਰੂ ਕਦੇ ਨਾਸ ਹੋ ਜਾਣ ਵਾਲਾ ਸਰੀਰ ਨਹੀਂ, ਜੋਤ ਹੈ। ਸਰੀਰ ਜੋਤ ਦੀ ਝੂਠੀ ਨਕਲ ਇਸ ਦੁਨੀਆਂ ਵਿੱਚ ਦਿਸਦੀ। ਮਾਇਆ ਦੇ ਹਨੇਰੇ ਵਿੱਚ ਬੈਠਿਆਂ ਸਰੀਰ ਵਿੱਚ ਬਿਮਾਰੀਆਂ ਥੋੜਾਂ ਤੇ ਖਰਾਬੀਆਂ ਦਿਸਦੀਆਂ ਨੇ। ਵਾਹਿਗੁਰੂ ਦਾ ਪ੍ਰਕਾਸ਼ ਆਉਣ ਨਾਲ ਬਿਮਾਰੀਆਂ ਥੋੜਾਂ ਤੇ ਖਰਾਬੀਆਂ ਸਭ ਨਾਸ ਹੋ ਜਾਂਦੀਆਂ ਨੇ ਤੇ ਉਸ ਦੀ ਥਾਂ ਤੇ ਭਰਪੂਰ ਸਿਹਤ, ਆਨੰਦ, ਖੁਸ਼ੀ, ਖੂਬਸੂਰਤੀ ਤੇ ਸ਼ਕਤੀ ਸਭ ਗੁਣ ਪੈਦਾ ਹੋ ਜਾਂਦੇ ਨੇ। ਵਾਹਿਗੁਰੂ ਦੇ ਸਰੀਰ ਵਿੱਚ ਜੇ ਬਿਮਾਰੀ ਪੈਦਾ ਹੁੰਦੀ ਹੈ ਤਾਂ ਇਹ ਪਾਪ, ਡਰ ਤੇ ਅਗਿਆਨਤਾ ਦਾ ਨਤੀਜਾ ਹੈ। ਬਿਮਾਰੀ ਹਮੇਸ਼ਾ ਪਹਿਲਾਂ ਮਨ ਵਿੱਚ ਆਉਂਦੀ ਹੈ, ਫਿਰ ਸਰੀਰ ਉੱਤੇ ਪ੍ਰਕਾਸ਼ਮਾਨ ਹੁੰਦੀ ਹੈ। ਇਸ ਝੂਠੇ ਸਰੀਰ ਵਿੱਚ ਝੂਠੇ ਖਿਆਲਾਂ ਦਾ ਪ੍ਰਕਾਸ਼ ਹੈ। ਜਦੋਂ ਇਹਨੂੰ ਸੱਚਾ ਮੰਨ ਲਵੋ ਤਾਂ ਫਿਰ ਇਹ ਬਿਮਾਰੀ ਹੋਰ ਵਧੇਗੀ, ਕਿਉਂਕਿ ਬਿਮਾਰੀ ਮਾਇਆ ਦਾ ਰੂਪ ਹੈ। ਇਸ ਲਈ ਇਹ ਝੂਠੀ ਹੈ, ਬੇਜਾਨ ਹੈ, ਦਿਸਦੀ ਤਾਂ ਹੈ ਪਰ ਹੈ ਨਹੀਂ, ਪਰਛਾਵੇਂ ਸੁਪਨੇ, ਇਸ ਦੀ ਹਕੀਕਤ ਕੁਝ ਨਹੀਂ, ਇਹ ਹੈ ਹੀ ਨਹੀਂ। ਜਦੋਂ ਇਸ ਤਰ੍ਹਾਂ ਵੇਖੋਗੇ ਤਾਂ ਇਹ ਅਲੋਪ ਹੋ ਜਾਏਗੀ। ਜਿਵੇਂ ਹਨੇਰਾ ਰੌਸ਼ਨੀ ਦੇ ਆਉਣ ਨਾਲ ਆਪੇ ਹੀ ਅਲੋਪ ਹੋ ਜਾਂਦਾ, ਇਸੇ ਤਰ੍ਹਾਂ ਬਿਮਾਰੀ ਨਾਮ ਦੇ ਸਾਹਮਣੇ ਅਲੋਪ ਹੋ ਜਾਵੇਗੀ। ਮਨੁੱਖ ਦੇ ਮਨ ਵਿੱਚੋਂ ਜਦੋਂ ਬਿਮਾਰੀ ਦਾ ਡਰ ਹਟ ਜਾਵੇ ਤਾਂ ਬਿਮਾਰੀ ਦੀ ਪੀੜ ਤੇ ਬੇਚੈਨੀ ਘਟ ਜਾਵੇਗੀ। ਜਦੋਂ ਬਿਮਾਰੀ ਦਾ ਮਨ ਵਿੱਚੋਂ ਖਿਆਲ ਹਟ ਗਿਆ ਤਾਂ ਅਲੋਪ ਹੋ ਜਾਵੇਗੀ। ਬਿਮਾਰੀ ਵਿੱਚ ਆਪਣੇ ਆਪ ਹੀ ਨਾਸ ਹੋ ਜਾਣ ਵਾਲੀ ਸ਼ੈ ਮੌਜੂਦ ਹੈ। ਜਿਹੜਾ ਮਨੁੱਖ ਬਿਮਾਰੀ ਨੂੰ ਸੱਚਾ ਤੇ ਅਸਲੀ ਸਮਝ ਕੇ ਕਬੂਲ ਕਰੇਗਾ ਉਸ ਨੂੰ ਬਿਮਾਰੀ ਚੰਬੜ ਜਾਏਗੀ, ਬਿਮਾਰੀ ਆਪ ਵੀ ਨਾਸ ਹੋਵੇਗੀ ਤੇ ਮਨੁੱਖ ਦਾ ਵੀ ਸਤਿਆਨਾਸ ਕਰ ਦੇਵੇਗੀ। ਪਰ ਜਿਹੜਾ ਇਸ ਨੂੰ ਝੂਠਾ ਪਰਛਾਵਾਂ ਸਮਝੇ ਅਤੇ ਇਸ ਦੇ ਧੋਖੇ ਵਿੱਚ ਨਾ ਆਵੇ, ਇਹ ਉਹਦੇ ਕੋਲੋਂ ਨਸ ਕੇ ਅਲੋਪ ਹੋ ਜਾਂਦੀ ਹੈ। ਇਹ ਸਾਰੇ ਕਾਨੂੰਨ ਜੋ ਬਿਮਾਰੀ ਨੂੰ ਲੱਗਦੇ ਨੇ ਉਹ ਰਿਜ਼ਕ ਦੀ ਕਮੀ ਵਾਸਤੇ ਵੀ ਨੇ। ਹਾਂ, ਧਿਆਨ ਨਾਲ ਸਿਰਫ ਸਮਝਣਾ ਪੈਂਦਾ। ਆਓ ਹੁਣ ਇਸ ਅਰਦਾਸ ਦਾ ਦੂਸਰਾ ਹਿੱਸਾ ਤੁਹਾਨੂੰ ਦੱਸਦੇ ਹਾਂ। ਮਾਇਆ ਸਭ ਮੁਸੀਬਤਾਂ ਦਾ ਘਰ ਹੈ।
ਅਤੇ ਵਾਹਿਗੁਰੂ ਨੂੰ ਗੈਰ ਹਾਜ਼ਰ ਸਮਝਣ ਨਾਲ ਜਾਂ ਵਾਹਿਗੁਰੂ ਦੇ ਹੁਕਮ ਅਦੂਲੀ ਕਰਨ ਨਾਲ ਪੈਦਾ ਹੁੰਦੀ ਹੈ। ਵਾਹਿਗੁਰੂ ਕਿਉਂਕਿ ਸਰਵ ਵਿਆਪਕ ਹੈ, ਹਰ ਵੇਲੇ ਤੇ ਹਰ ਥਾਂ ਤੇ ਮੌਜੂਦ ਹੈ, ਇਸ ਵਾਸਤੇ ਵਾਹਿਗੁਰੂ ਕਦੇ ਵੀ ਗੈਰ ਹਾਜ਼ਰ ਨਹੀਂ ਹੋ ਸਕਦਾ। ਮਾਇਆ ਦਾ ਵਾਸਾ ਜਿਸ ਦੇ ਸਹਾਰੇ ਸਾਡੀ ਦੁਨੀਆ ਵਸ ਰਹੀ ਹੈ, ਇਹ ਝੂਠ ਹੈ ਤੇ ਸੁਪਨਾ ਹੈ। ਸਿਨੇਮੇ ਵਾਂਗ ਸਾਰਾ ਖੇਲ ਅਸਲੀ ਜਾਪਦਾ ਹੈ, ਪਰ ਸਿਰਫ ਝੂਠੀਆਂ ਤਸਵੀਰਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਦਰਅਸਲ ਨਾ ਵਾਹਿਗੁਰੂ ਗੈਰ ਹਾਜ਼ਰ ਹੈ ਤੇ ਨਾ ਹੀ ਮਾਇਆ ਦੀ ਹਸਤੀ ਦਾ ਕੋਈ ਟਿਕਾਣਾ ਹੈ। ਮਾਇਆ ਸਿਰਫ ਜਾਪਦੀ ਹੈ ਪਰ ਹੈ ਨਹੀਂ, ਨਾ ਇਹਦੇ ਵਿੱਚ ਜਾਣ ਹੈ ਨਾ ਕੋਈ ਸ਼ਕਤੀ। ਸਾਡਾ ਅਸਲ ਵਾਚਾ ਵਾਸਾ ਜੋਤ ਵਿੱਚ ਤੇ ਸੱਚਖੰਡ ਵਿੱਚ। ਮਾਇਆ ਨੂੰ ਉਸਦੇ ਅਸਲੀ ਰੰਗ ਵਿੱਚ ਵੇਖਣ ਨਾਲ ਮਾਇਆ ਦੀ ਭੈੜੀ ਸ਼ਕਤੀ ਜੋ ਜਾਪਦੀ ਹੈ ਉਹ ਵੀ ਅਲੋਪ ਹੋ ਜਾਂਦੀ ਹੈ ਤੇ ਮਨੁੱਖ ਨੂੰ ਮਾਇਆ ਉੱਤੇ ਹਕੂਮਤ ਕਰਨੀ ਆ ਜਾਂਦੀ ਹੈ। ਮਨੁੱਖ ਆਪਣੀ ਸੁਰਤ ਵਿੱਚ ਵਾਹਿਗੁਰੂ ਨੂੰ ਹਰ ਵੇਲੇ ਮੌਜੂਦ ਵੇਖ ਕੇ ਸਭ ਭਲਾਈਆਂ ਚੰਗਿਆਈਆਂ ਅਤੇ ਸਭ ਸਫਲਤਾਵਾਂ, ਸਿਹਤ, ਜ਼ਰੂਰਤ ਦੀਆਂ ਸਭ ਚੀਜ਼ਾਂ ਬੇਅੰਤ ਹਾਸਲ ਕਰ ਲੈਂਦਾ। ਮਾਇਆ ਦੇ ਸਾਰੇ ਭੈੜੇ ਰੰਗ ਭਾਵ ਗਲਤੀ, ਹਾਰ, ਬਿਮਾਰੀ, ਘਾਟਾ, ਦੁੱਖ ਤੇ ਭੁੱਖ ਸਭ ਅਲੋਪ ਹੋ ਜਾਂਦੇ ਨੇ। ਵਾਹਿਗੁਰੂ ਦਾ ਪ੍ਰਕਾਸ਼ ਵੇਖਣ ਵਾਸਤੇ ਮਾਇਆ ਨੂੰ ਸੁਰਤ ਵਿੱਚੋਂ ਕੱਢਣਾ ਜ਼ਰੂਰੀ ਹੈ। ਇਹ ਵਾਲੇ ਔਗਣ ਮਾਇਆ ਦੇ ਨੇ, ਚੇਤੇ ਰੱਖੋ। ਕਿਹੜੇ? ਪਾਪ, ਬਿਮਾਰੀ, ਮੌਤ, ਥੋੜ, ਬੇਚੈਨੀ, ਡਰ, ਵੈਰ, ਗਲਤੀ, ਅਸਫਲਤਾ, ਖੁਦਗਰਜ਼ੀ, ਗੁੱਸਾ, ਪੀੜ, ਫਿਕਰ, ਗਮ, ਇਹ ਸਾਰੇ ਦੇ ਸਾਰੇ ਅਵਗੁਣ ਮਾਇਆ ਦੇ ਨੇ। ਪਿਆਰੇ, ਵਾਹਿਗੁਰੂ ਵਿੱਚ ਇਹ ਕੋਈ ਵੀ ਅਵਗੁਣ ਨਹੀਂ, ਭਾਵ ਵਾਹਿਗੁਰੂ ਤੇ ਸਾਰੇ ਹੀ ਗੁਣਾਂ ਦਾ ਮਾਲਕ ਹੈ। ਵਾਹਿਗੁਰੂ ਦੀ ਹਾਜ਼ਰੀ ਜਿਹੜੀ ਕਿ ਬਹੁਤ ਸ਼ਕਤੀਵਾਨ ਹੈ, ਉਸ ਨੂੰ ਹਾਜ਼ਰ ਸਮਝਣ ਨਾਲ ਹੀ ਮਾਇਆ ਦੀਆਂ ਸਭ ਤਕਲੀਫਾਂ, ਡਰ ਖਤਮ ਹੋ ਜਾਂਦੇ ਨੇ। ਆਓ ਹੁਣ ਅਰਦਾਸ ਕਰਨ ਦੀ ਜਾਚ ਸਿੱਖੀਏ। ਵਾਹਿਗੁਰੂ ਵਿਆਪਕ ਹੈ, ਉਸ ਦਾ ਨੂਰ ਸਭ ਪਾਸੇ ਫੈਲਿਆ ਹੋਇਆ। ਮੈਂ ਉਸ ਨੂਰ ਵਿੱਚ ਵਾਹਿਗੁਰੂ ਦੀ ਜੋਤ ਹਾਂ। ਵਾਹਿਗੁਰੂ ਦੇ ਹੁੰਦਿਆਂ ਕੋਈ ਬਿਮਾਰੀ ਨਹੀਂ ਆ ਸਕਦੀ। ਮੈਂ ਜੋਤ ਹਾਂ, ਨਾ ਮੈਨੂੰ ਬਿਮਾਰੀ ਹੈ, ਨਾ ਮੌਤ, ਨਾ ਪਾਪ। ਮੈਂ ਨਿਰਮਲ ਹਾਂ, ਪੂਰਨ ਹਾਂ, ਕੋਈ ਕਮੀ ਜਾਂ ਥੋੜ ਮੇਰੇ ਵਿੱਚ ਹੈ ਨਹੀਂ। ਮੈਂ ਮਹਾਂ ਆਨੰਦ ਵਿੱਚ ਹਾਂ ਤੇ ਪੂਰੀ ਤਰ੍ਹਾਂ ਅਰੋਗ ਹਾਂ। ਇਹ ਨਜ਼ਾਰਾ ਅਸੀਂ ਆਪਣੀਆਂ ਅੱਖਾਂ ਸਾਹਮਣੇ ਪੈਦਾ ਕਰਨਾ। ਸਰੀਰ ਇਸ ਨਜ਼ਾਰੇ ਵਿੱਚ ਬਿਲਕੁਲ ਨਾ ਦਿਸੇ। ਇਹ ਸੱਚਖੰਡ ਦਾ ਨਜ਼ਾਰਾ ਹੈ, ਆਤਮਿਕ ਨਜ਼ਾਰਾ ਹੈ। ਬਾਰ ਬਾਰ ਇਸ ਨਜ਼ਾਰੇ ਵਿੱਚ ਬੈਠੋ ਤੇ ਇਸ ਨਜ਼ਾਰੇ ਵਿੱਚ ਬਹਿ ਕੇ ਸਰੀਰ ਵੱਲ, ਜਿਹੜਾ ਕਿ ਸਾਡੇ ਤੋਂ ਵੱਖਰ ਹੈ, ਨੂਰ ਦੀ ਰੌਸ਼ਨੀ ਘੱਲੋ ਤੇ ਵੇਖੋ ਕਿ ਮੇਰਾ ਸਰੀਰ
ਦੁਨੀਆ ਵਿੱਚ ਮੇਰਾ ਝੂਠਾ ਤੇ ਨਕਲੀ ਰੂਪ ਹੈ। ਮਾਇਆ ਦੇ ਹਨੇਰੇ ਵਿੱਚ ਸੀ ਪਰ ਹੁਣ ਇਸ ਨੂੰ ਚਾਨਣ ਮਿਲ ਗਿਆ। ਜੋਤ ਦੀ ਨਕਲ ਹੋਣ ਕਰਕੇ ਇਹ ਕੋਈ ਬਿਮਾਰੀ ਨਹੀਂ ਵਿਖਾ ਸਕਦਾ, ਕਿਉਂਕਿ ਜੋਤ ਵਿੱਚ ਕੋਈ ਬਿਮਾਰੀ ਨਹੀਂ। ਸਰੀਰ ਮੇਰੇ ਹੁਕਮ ਵਿੱਚ, ਮੈਂ ਸਰੀਰ ਦੇ ਅਧੀਨ ਨਹੀਂ। ਇਹ ਜਿਹੜਾ ਬਿਮਾਰੀ ਵਿਖਾ ਰਿਹਾ ਹੈ ਇਹ ਝੂਠੀ ਹੈ, ਪਰਛਾਵੇਂ ਜਿਸ ਦੀ ਕੋਈ ਅਸਲੀਅਤ ਨਹੀਂ। ਇਹ ਦਿਸਦੀ ਹੈ ਪਰ ਹੈ ਨਹੀਂ। ਇਸ ਦਾ ਕੋਈ ਦੁੱਖ ਮੈਨੂੰ ਨਹੀਂ ਪਹੁੰਚ ਸਕਦਾ। ਹੁਣ ਇਸੇ ਤਰ੍ਹਾਂ ਜੇ ਸਾਨੂੰ ਦੁਨਿਆਵੀ ਤੌਰ ਤੇ ਕੁਝ ਚਾਹੀਦਾ ਹੋਵੇ, ਰਿਜ਼ਕ ਵਾਸਤੇ ਵੀ ਇਸੇ ਤਰ੍ਹਾਂ ਅਰਦਾਸ ਕਰੀਏ। ਇਹ ਸਰੀਰ ਜਿਹੜਾ ਕਿ ਰਿਜ਼ਕ ਦਾ ਘਾਟਾ ਜਾਂ ਹੋਰ ਕਿਸੇ ਤਰ੍ਹਾਂ ਦੀ ਕਮੀ ਵਿਖਾਉਂਦਾ, ਉਹ ਵੀ ਬਿਮਾਰੀ ਵਾਂਗ ਝੂਠੀ ਹੈ, ਜਾਪਦੀ ਹੈ ਪਰ ਉਸਦੀ ਕੋਈ ਹਸਤੀ ਨਹੀਂ। ਵਾਹਿਗੁਰੂ ਦਾ ਰਿਜ਼ਕ ਹਰ ਵੇਲੇ ਜਾਰੀ ਹੈ, ਕਦੇ ਬੰਦ ਨਹੀਂ ਹੋ ਸਕਦਾ। ਮੈਂ ਸਦਾ ਭਰਪੂਰ ਹਾਂ। ਇਸ ਨੂਰ ਵਿੱਚ ਬੈਠ ਕੇ ਵਾਹਿਗੁਰੂ ਦੀ ਹਾਜ਼ਰੀ ਵਿੱਚ ਹੋਰ ਕਾਨੂੰਨ ਅਥਵਾ ਸ਼ਬਦ ਜਿਹੜੇ ਆਪਣੇ ਹਾਲ ਦੇ ਮੁਤਾਬਕ ਹੋਣ, ਉਹਨਾਂ ਨੂੰ ਧਿਆਨ ਨਾਲ ਪੜ੍ਹੋ, ਬਹੁਤ ਮਦਦ ਹੋਵੇਗੀ। ਇਹ ਅਰਦਾਸ ਦਿਨ ਵਿੱਚ ਘੱਟੋ ਘੱਟ 2 ਵਾਰ ਜ਼ਰੂਰ ਕਰੋ। ਮਨ ਦਾ ਪੂਰਾ ਖਿਆਲ ਹੋਵੇ ਕਿ ਵਾਹਿਗੁਰੂ ਹਾਜ਼ਰ ਨਾਜ਼ਰ ਹੈ ਤੇ ਉਸਦੀ ਸ਼ਕਤੀ ਹਰ ਪਾਸੇ ਕੰਮ ਕਰ ਰਹੀ ਹੈ, ਅਸੀਂ ਇਸ ਗੱਲ ਨੂੰ ਮਹਿਸੂਸ ਕਰਨਾ। ਬਿਮਾਰੀ ਸਾਨੂੰ ਖਤਮ ਦਿਸਣੀ ਚਾਹੀਦੀ ਹੈ ਤੇ ਚਾਰੇ ਪਾਸੇ ਮਹਾ ਆਨੰਦ ਹੋਵੇ। ਵਾਹਿਗੁਰੂ ਦੇ ਪ੍ਰੇਮ ਤੋਂ ਖਾਲੀ ਹੋਰ ਕੋਈ ਥਾਂ ਨਾ ਦਿਸੇ ਅਤੇ ਵਾਹਿਗੁਰੂ ਆਪਣੇ ਬੱਚੇ ਦੀਆਂ ਸਭ ਲੋੜਾਂ ਪੂਰੀਆਂ ਕਰਦਾ ਹੋਇਆ ਦਿਸੇ। ਚੌਥਾ ਹਿੱਸਾ, ਜਿਹੜੇ ਸ਼ਬਦ ਅਰਦਾਸ ਵਿੱਚ ਪੜ੍ਹਨੇ ਚਾਹੀਦੇ ਨੇ ਉਹਨਾਂ ਦਾ ਸਿਰਫ ਨਮੂਨਾ ਪੇਸ਼ ਕਰ ਰਿਹਾ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਬਦ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਪਣੀ ਇੱਛਾ ਮੁਤਾਬਕ, ਲੋੜ ਮੁਤਾਬਕ ਚੁਣ ਸਕਦੇ ਹੋ। ਸ੍ਰੀ ਗੁਰੂ ਜੀ ਦਾ ਇਹ ਸ਼ਬਦ ਪੜ੍ਹੋ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਪਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਓ, ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ, ਨਾਮ ਔਖਦ ਜਿਹੇ ਹਿਰਦੈ ਹਿਤਾਵੇ ਤਾਹੇ ਰੋਗ ਸੁਪਨੇ ਨਹੀਂ ਆਵੇ, ਘਰ ਮੈਂ ਨਵਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ, ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜੰਗ ਕੇ ਭਾਗਾ, ਰਤਨ ਲਾਲ ਜੰਗ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ, ਖਾਵੇ ਹੈ ਖਰਚੇ ਹੈ ਰਲ ਮਿਲ ਭਾਈ ਤੋਟ ਨਾ ਆਵੇ ਵਧ ਦੋ ਜਾਈ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ, ਆਪ ਗਿਆ ਤਾਂ ਆਪੇ ਹੈ ਭਏ ਕਿਰਪਾ ਨਿਧਾਨ ਕੀ ਸ਼ਰਣੀ ਪਏ, ਜੋ ਚਾਹਤ ਸੋਈ ਜਬ ਪਾਇਆ ਤਬ ਢੂੰਡਣ ਕਹਾਂ ਕੋ ਜਾਇਆ, ਅਸਥਿਰ ਭਏ ਬਸੇ ਸੁਖ ਆਸਨ
ਗੁਰਪ੍ਰਸਾਦ ਨਾਨਕ ਸੁਖ ਬਾਸਨ। ਇਸ ਸ਼ਬਦ ਵਿੱਚ ਜੋ ਚਾਹਤ ਸੋਈ ਜਬ ਪਾਇਆ ਦਾ ਅਸੂਲ ਜਿਹੜਾ ਦੱਸਿਆ ਹੈ ਕਿ ਆਪਣੀ ਇਨਸਾਨੀ ਹਸਤੀ ਨੂੰ ਗੁਆ ਕੇ ਆਪਣੇ ਆਪ ਨੂੰ ਵਾਹਿਗੁਰੂ ਦੀ ਜੋਤ ਵਿੱਚ ਸਾਰੇ ਕੰਮ ਕਰਦਾ ਵੇਖੋ, ਫਿਰ ਨਾ ਭੈੜੀਆਂ ਇੱਛਾਵਾਂ ਪੈਦਾ ਹੀ ਨਹੀਂ ਹੋਣਗੀਆਂ ਤੇ ਚੰਗੀਆਂ ਇੱਛਾਵਾਂ ਸਭ ਪੂਰੀਆਂ ਹੋ ਜਾਣਗੀਆਂ ਤੇ ਪੱਕੇ ਤੌਰ ਤੇ ਪੂਰੀਆਂ ਹੋਣਗੀਆਂ ਤੇ ਫਿਰ ਇੱਕ ਵਾਰ ਮਿਲ ਕੇ ਕਦੇ ਨਾਸ ਵੀ ਨਹੀਂ ਹੋਣਗੀਆਂ। ਚੇਤੇ ਰੱਖੋ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਜੋ ਦੁਨੀਆਂ ਵਿੱਚ ਵੇਖਣਾ ਚਾਹੁੰਦੇ ਹੋ ਪਹਿਲੋਂ ਆਪਣੇ ਅੰਦਰ ਪੈਦਾ ਕਰੋ। ਸਾਰੀ ਦੁਨੀਆ ਬਹੁਤ ਬੇਵਸੀ ਵਿੱਚ ਜੀ ਰਹੀ ਹੈ। ਅਸੀਂ ਚਾਹੁੰਦੇ ਕੁਝ ਹਾਂ ਤੇ ਹੁੰਦਾ ਕੁਝ ਹੈ, ਬੜੀਆਂ ਕੋਸ਼ਿਸ਼ਾਂ ਕਰਨੇ ਆ ਪਰ ਸਫਲਤਾ ਥੋੜੀ ਤੇ ਅਸਫਲਤਾ ਬਹੁਤ ਵੇਖਣੀ ਪੈਂਦੀ। ਪਰਹੇਜ਼ ਕਰਨ ਦੇ ਨਾਲ, ਚੰਗਾ ਖਾਣਾ ਖਾਣ ਦੇ ਬਾਵਜੂਦ ਤੇ ਸਾਫ਼ ਹਵਾ ਵਿੱਚ ਰਹਿਣ ਦੇ ਬਾਵਜੂਦ ਬਿਮਾਰੀ ਆ ਹੀ ਜਾਂਦੀ ਹੈ। ਕਿੰਨਾ ਵੀ ਸੋਚ ਕੇ ਵਪਾਰ ਕਿਉਂ ਨਾ ਕਰੋ, ਬਾਜ਼ਾਰ ਵਿੱਚ ਕੰਪੀਟੀਸ਼ਨ, ਕੀਮਤਾਂ ਦਾ ਉਤਰਾਅ ਚੜਾਅ ਘਾਟੇ ਦੀ ਹਾਲਤ ਪੈਦਾ ਕਰ ਹੀ ਦਿੰਦਾ। ਉਮੀਦ ਕੁਝ ਹੁੰਦੀ ਹੈ ਪਰ ਬਣ ਕੁਝ ਜਾਂਦਾ। ਆਪਣੀ ਦੁਨੀਆ ਨੂੰ ਆਪਣੇ ਵਸ ਵਿੱਚ ਚਲਾਉਣਾ ਕਿਸੇ ਨੂੰ ਵੀ ਹਾਸਲ ਨਹੀਂ ਹੁੰਦਾ ਤੇ ਜਦੋਂ ਤੱਕ ਇਹ ਹਾਸਲ ਨਾ ਹੋਵੇ ਭਲਾ ਸੁਖ ਦੀ ਅਵਸਥਾ ਕਿਵੇਂ ਪੈਦਾ ਹੋ ਸਕਦੀ ਹੈ। ਜਦੋਂ ਸੋਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਜਦੋਂ ਗਹਿਰਾਈ ਨਾਲ ਸੋਚੀਏ ਤਾਂ ਪਤਾ ਲੱਗਦਾ ਕਿ ਸਾਰੀ ਦੁਨੀਆ ਕੇਵਲ ਤੇ ਕੇਵਲ ਖਿਆਲਾਂ ਦੀ ਹੀ ਬਣੀ ਹੋਈ ਹੈ। ਆਪਣੇ ਹੀ ਖਿਆਲ ਸ਼ਕਲ ਬਣਾ ਕੇ ਸਾਹਮਣੇ ਚੀਜ਼ਾਂ ਦੀ ਸੂਰਤ ਵਿੱਚ ਆ ਖਲੋਂਦੇ ਨੇ। ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਹੀ ਖਿਆਲ ਮੇਰੀ ਦੁਨੀਆ ਰਚ ਰਹੇ ਨੇ। ਉਹ ਆਪਣੀ ਦੁਨੀਆ ਨੂੰ ਆਪਣੇ ਆਲੇ ਦੁਆਲੇ ਦੀਆਂ ਹਾਲਤਾਂ ਦਾ ਬਣਿਆ ਹੋਇਆ ਵੇਖਦਾ ਹੈ ਜਾਂ ਦੂਜਿਆਂ ਦੇ ਖਿਆਲ ਦੇ ਵਸ ਸਮਝ ਕੇ ਆਪ ਲਾਚਾਰ ਹੋਇਆ ਰਹਿੰਦਾ ਹੈ। ਹਰ ਰਾਤ ਮਨੁੱਖ ਸੁਪਨਾ ਵੇਖਦਾ ਹੈ, ਇਹ ਦੁਨੀਆ ਰਚੀ ਹੋਈ ਦਿਸਦੀ ਹੈ ਜਿਹੜੀ ਕਿ ਇਸ ਦੇ ਆਪਣੇ ਵਸ ਤੋਂ ਬਾਹਰ ਕੰਮ ਕਰਦੀ ਹੋਈ ਪ੍ਰਤੀਤ ਹੁੰਦੀ ਹੈ। ਇਹ ਆਪਣੇ ਆਪ ਨੂੰ ਉਸ ਵਿੱਚ ਲਾਚਾਰ ਵੇਖਦਾ, ਹਾਲਾਂਕਿ ਭਾਵੇਂ ਇਹ ਦੁਨੀਆ ਉਸਦੀ ਆਪਣੀ ਹੀ ਬਣਾਈ ਹੋਈ ਹੈ। ਇਸ ਤਰ੍ਹਾਂ ਜਾਗਦੀ ਹੋਈ ਦੁਨੀਆ ਵਿੱਚ ਵੀ ਆਪਣੇ ਹੀ ਖਿਆਲਾਂ ਦਾ ਇਕੱਠ ਹੈ ਤੇ ਫਿਰ ਆਪਣੇ ਵਸ ਵਿੱਚ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਦੁਨੀਆ ਨੂੰ ਆਪਣੇ ਖਿਆਲਾਂ ਦੀ ਬਣੀ ਹੋਈ ਨਹੀਂ ਸਮਝਦੇ। ਇਸ ਵਾਸਤੇ ਅਸੀਂ ਅਸਫਲ ਕੰਮਾਂ ਤੇ ਭੈੜੇ ਨਜ਼ਾਰਿਆਂ ਨੂੰ ਆਪਣੇ ਮਨ ਵਿੱਚ ਠੀਕ ਕਰਕੇ ਬਦਲਣ ਦੀ ਕੋਸ਼ਿਸ਼ ਵੀ ਨਹੀਂ ਕਰਦੇ, ਸਗੋਂ ਬਾਹਰ ਆਪਣੇ ਆਲੇ ਦੁਆਲੇ ਦੀ ਹਾਲਾਤ ਨੂੰ ਬਦਲਣ ਦਾ ਹੀ ਯਤਨ ਕਰਨੇ ਆ। ਕਿਉਂਕਿ ਸਾਡਾ ਨਿਸ਼ਚਾ ਇਹ ਆ ਕਿ ਇਹ ਅਸਫਲਤਾ ਜਾਂ ਭੈੜਾ ਨਜ਼ਾਰਾ
ਸਾਡੇ ਆਲੇ ਦੁਆਲੇ ਦੀਆਂ ਹਾਲਤਾਂ ਤੋਂ ਪੈਦਾ ਹੋਇਆ ਹੈ ਤੇ ਇਹਨਾਂ ਹਾਲਤਾਂ ਨੂੰ ਬਦਲਿਆਂ ਉਹ ਵੀ ਬਦਲ ਜਾਣਗੇ। ਇਹ ਕੋਸ਼ਿਸ਼ ਕਦੇ ਕਦੇ ਥੋੜ੍ਹੀ ਬਹੁਤ ਕਾਮਯਾਬ ਹੋ ਜਾਂਦੀ ਹੈ ਪਰ ਬਹੁਤੀ ਵਾਰ ਅਸਫਲਤਾ ਹੀ ਹੱਥ ਆਉਂਦੀ ਹੈ। ਸਾਡਾ ਇਹ ਠੀਕ ਕਰਨ ਦਾ ਤਰੀਕਾ ਗਲਤ ਹੈ ਤੇ ਨਾਲੇ ਸਾਰਾ ਆਸਰਾ ਸਿਰਫ ਇਨਸਾਨੀ ਅਕਲ ਤੇ ਹੈ ਜਿਹੜੀ ਕਿ ਹਮੇਸ਼ਾ ਹੀ ਅਪੂਰਨ ਹੈ, ਕਦੇ ਵੀ ਪੂਰਨ ਨਹੀਂ ਹੁੰਦੀ। ਜੇ ਸਾਡਾ ਸਰੀਰ ਬਿਮਾਰ ਹੋ ਜਾਏ, ਬੁਖਾਰ ਚੜ੍ਹ ਜਾਏ, ਤਾਂ ਅਸੀਂ ਬੁਖਾਰ ਨੂੰ ਮੌਸਮ ਦੀ ਗਰਮੀ ਸਰਦੀ ਜਾਂ ਖਾਣ ਪੀਣ ਦੀ ਵੱਧ ਪਰਹੇਜ਼ੀ ਦਾ ਨਤੀਜਾ ਸਮਝਦੇ ਹਾਂ। ਡਾਕਟਰ ਕੋਲ ਜਾਂਦੇ ਹਾਂ ਤੇ ਦਵਾਈਆਂ ਨਾਲ ਬੁਖਾਰ ਹਟਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਕਦੇ ਵੀ ਇਹ ਖਿਆਲ ਹੀ ਨਹੀਂ ਆਉਂਦਾ ਕਿ ਬਿਮਾਰੀ ਤੇ ਮਨ ਵਿੱਚ ਪਾਪਾਂ ਵਾਲੇ ਤੇ ਡਰਾਉਣੇ ਖਿਆਲ ਬਿਠਾਉਣ ਦਾ ਨਤੀਜਾ। ਮਨ ਨੂੰ ਟਿਕਾਓ ਵਿੱਚ ਲਿਆਉਂਦਿਆਂ ਸਾਰ ਸਰੀਰ ਟਿਕਾਓ ਵਿੱਚ ਆ ਜਾਏਗਾ। ਮਨ ਜਿਹੜਾ ਕਿ ਸਭ ਚੰਗੀਆਂ ਤੇ ਮੰਦੀਆਂ ਤਸਵੀਰਾਂ ਘੜ ਘੜ ਕੇ ਸੁਰਤ ਦੇ ਰਾਹੀਂ ਸਾਡੀ ਦੁਨੀਆ ਵਿੱਚ ਫੈਲ ਰਿਹਾ ਹੈ, ਉਸ ਨੂੰ ਠੀਕ ਕਰਨ ਦੀ ਥਾਂ ਤੇ ਅਸੀਂ ਤਸਵੀਰਾਂ ਨੂੰ ਠੀਕ ਕਰਨ ਦਾ ਯਤਨ ਕਰਦੇ ਰਹਿੰਦੇ ਹਾਂ। ਜੇ ਤਸਵੀਰਾਂ ਘੜਨ ਵਾਲੀ ਮਸ਼ੀਨ ਨੂੰ ਠੀਕ ਨਾ ਕੀਤਾ ਤੇ ਇਹ ਭੈੜੀਆਂ ਤਸਵੀਰਾਂ ਬਣਾਉਂਦੀ ਰਹੀ ਤਾਂ ਅਸੀਂ ਕਿੰਨੀਆਂ ਤਸਵੀਰਾਂ ਠੀਕ ਕਰਾਂਗੇ, ਜਲਦੀ ਥੱਕ ਜਾਵਾਂਗੇ। ਅਸਲ ਇਲਾਜ ਮਨ ਦਾ ਠੀਕ ਕਰਨਾ, ਪਰ ਸਾਨੂੰ ਇਸ ਸੱਚੇ ਤੇ ਪੱਕੇ ਕਾਨੂੰਨ ਦੀ ਖਬਰ ਹੀ ਨਹੀਂ ਬਈ ਜੇਕਰ ਮਨ ਸੋਹਣੇ ਤੇ ਸ਼ਾਂਤੀ ਭਰੇ ਖਿਆਲ ਪੈਦਾ ਕਰੇ ਤਾਂ ਉਹਨਾਂ ਖਿਆਲਾਂ ਦੀਆਂ ਤਸਵੀਰਾਂ ਸ਼ਕਲ ਬਦਲ ਕੇ ਸਿਹਤ ਦੀ ਸ਼ਕਲ ਵਿੱਚ ਪ੍ਰਗਟ ਹੋਣਗੀਆਂ ਤੇ ਉਹ ਹੀ ਸਾਡੀ ਬਾਹਰ ਦੀ ਦੁਨੀਆ ਵਿੱਚ ਕਾਮਯਾਬੀ, ਖੁਸ਼ੀ ਤੇ ਲਾਭ ਦੀ ਸ਼ਕਲ ਬਣਾਉਣਗੀਆਂ। ਇਹ ਕੁਦਰਤ ਦਾ ਇੱਕ ਕਦੇ ਵੀ ਨਾ ਬਦਲਣ ਵਾਲਾ ਕਾਨੂੰਨ ਹੈ। ਅਸੀਂ ਹੁਣ ਇਸ ਕਾਨੂੰਨ ਨੂੰ ਵਰਤ ਕੇ ਵੇਖਣਾ। ਜ਼ੁਬਾਨੀ ਜਮ੍ਹਾਂ ਖਰਚ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ, ਨਾਲੇ ਇਹ ਵੇਖਣਾ ਬਈ ਸਾਨੂੰ ਆਪਣੇ ਮੌਜੂਦ ਤਰੀਕਿਆਂ ਨਾਲੋਂ ਬਾਹਰਲੀਆਂ ਸ਼ਕਲਾਂ ਬਦਲਣ ਵਿੱਚ ਸਹੂਲਤ ਤੇ ਫਾਇਦਾ ਕਿ ਆਤਮਿਕ ਤਰੀਕੇ ਨਾਲ ਅੰਦਰ ਕੁਝ ਠੀਕ ਕਰਨ ਨਾਲ ਜ਼ਿਆਦਾ ਫਾਇਦਾ। ਇਸ ਕਾਨੂੰਨ ਨੂੰ ਵਰਤਣ ਤੋਂ ਪਹਿਲਾਂ ਅਸੀਂ ਆਪਣੇ ਮਨ ਦੀ ਖੁਰਾਕ ਨੂੰ ਬਦਲਣਾ। ਇਸ ਦੀਆਂ ਜ਼ਹਿਰੀਲੀਆਂ ਖੁਰਾਕਾਂ ਗੁੱਸਾ, ਡਰ, ਬਦਲਾ, ਬੇਈਮਾਨੀ, ਨਫ਼ਰਤ, ਦੁਸ਼ਮਣੀ, ਝੂਠ ਅਤੇ ਖੁਦਗਰਜ਼ੀ, ਜੇ ਇਹ ਸਾਰੀਆਂ ਬੰਦ ਕਰ ਦਿੱਤੀਆਂ ਜਾਣ, ਇਹ ਸਾਰੀਆਂ ਚੀਜ਼ਾਂ ਜੋ ਦੋਸਤੀ ਦੀ ਸ਼ਕਲ ਵਿੱਚ ਬਹੁਤ ਵੱਡੇ ਡਾਕੂ ਅਸੀਂ ਅੰਦਰ ਬਿਠਾਏ ਹੋਏ ਨੇ, ਇਹਨਾਂ ਨੂੰ ਬਾਹਰ ਕੱਢਣਾ ਜ਼ਰੂਰੀ ਹੈ ਤੇ ਇਹਨਾਂ ਦੀ ਥਾਂ ਤੇ ਨੇਕੀ, ਇਨਸਾਫ, ਹਮਦਰਦੀ, ਪਿਆਰ, ਇਮਾਨਦਾਰੀ, ਰਹਿਮਤਵਾਨ ਹੋਣਾ, ਦਇਆ, ਨਿਰਵੈਰਤਾ ਤੇ ਸੱਚ
ਜੋ ਮਨ ਦੀ ਸਿਹਤ ਨੂੰ ਠੀਕ ਰੱਖਣ ਵਾਲੀਆਂ ਖੁਰਾਕਾਂ ਨੇ ਉਹ ਦੇਣੀਆਂ ਜ਼ਰੂਰੀ ਨੇ। ਮਨ ਜਦੋਂ ਇਸ ਤਰ੍ਹਾਂ ਟਿਕਾਓ ਵਿੱਚ ਆ ਜਾਏਗਾ ਤਾਂ ਜ਼ਰੂਰੀ ਹੈ ਕਿ ਇਹ ਸੋਹਣੇ ਅਤੇ ਸੁੱਖ ਭਰੇ ਖਿਆਲ ਪੈਦਾ ਕਰੇ। ਜਿਨ੍ਹਾਂ ਖਿਆਲਾਂ ਦੀਆਂ ਸ਼ਕਲਾਂ ਸਰੀਰ ਉੱਤੇ ਸਿਹਤ ਅਤੇ ਕਾਰੋਬਾਰ ਵਿੱਚ ਵਾਧਾ, ਖੁਸ਼ੀ ਅਤੇ ਆਨੰਦ ਪੈਦਾ ਕਰਨ, ਉਹ ਵਾਲੇ ਖਿਆਲ ਚਾਹੀਦੇ ਨੇ। ਆਤਮਿਕ ਕਾਨੂੰਨ ਸਦੀਵੀ ਨੇ ਅਤੇ ਕਦੇ ਨਹੀਂ ਬਦਲਦੇ। ਸਮਝ ਕੇ ਵਰਤੇ ਜਾਣ ਤਾਂ ਜ਼ਰੂਰ ਚੰਗਾ ਨਤੀਜਾ ਪੈਦਾ ਕਰਨਗੇ। ਤੰਦਰੁਸਤੀ ਅਤੇ ਖੁੱਲ੍ਹਾ ਡੁੱਲ੍ਹਾ ਰਿਜ਼ਕ ਵਾਹਿਗੁਰੂ ਵੱਲੋਂ ਵਿਰਸੇ ਵਿੱਚ ਮਿਲਿਆ ਹੋਇਆ। ਆਤਮਿਕ ਅਸੂਲ ਵਰਤਿਆਂ ਦੁਨੀਆਂ ਦੀ ਕੋਈ ਤਾਕਤ ਇਨਸਾਨ ਨੂੰ ਇਸ ਵਿਰਸੇ ਤੋਂ ਵਾਂਝਿਆ ਨਹੀਂ ਰੱਖ ਸਕਦੀ। ਪਰ ਮਨੁੱਖ ਵਾਸਤੇ ਜ਼ਰੂਰੀ ਹੈ ਕਿ ਵਿਰਾਸਤ ਦਾ ਹੱਕ ਲੈਣ ਦੇ ਲਈ ਉਹ ਵਾਹਿਗੁਰੂ ਨੂੰ ਮਾਤਾ ਅਤੇ ਪਿਤਾ ਵਾਲੇ ਪ੍ਰੇਮ ਵਿੱਚ ਵੇਖੇ। ਕਦੇ ਲੜ ਨਾ ਛੱਡੇ, ਪੁੱਤਰਾਂ ਵਾਂਗ ਆਗਿਆਕਾਰ ਰਵੇ, ਸਭ ਬਿਮਾਰੀਆਂ ਹਟਾਉਣ ਅਤੇ ਰਿਜ਼ਕ ਦੇ ਵਾਧੇ ਵਾਸਤੇ ਇਹ ਇੱਕੋ ਹੀ ਨੁਸਖਾ ਹੈ ਜਿਹੜਾ ਕਦੇ ਫੇਲ ਨਹੀਂ ਹੁੰਦਾ। ਮਨੁੱਖ ਦਾ ਮਨ ਜਦੋਂ ਚੰਗੀਆਂ ਅਤੇ ਧਾਰਮਿਕ ਖਿਆਲਾਂ ਤੋਂ ਖਾਲੀ ਹੋਵੇ ਤਾਂ ਫਿਰ ਪਸ਼ੂਆਂ ਵਾਲੇ ਪਸ਼ੂ ਬਿਰਤੀ, ਖੁਦਗਰਜ਼ੀ ਅਤੇ ਪਾਪ ਦੀਆਂ ਤਸਵੀਰਾਂ ਘੜਦਾ ਰਹਿੰਦਾ। ਇਸ ਮਨ ਨੂੰ ਉਸ ਵੇਲੇ ਇਹੀ ਤਸਵੀਰਾਂ ਚੰਗੀਆਂ ਅਤੇ ਫਲਦਾਇਕ ਲੱਗਦੀਆਂ ਨੇ। ਕਦੇ ਕਦਾਈ ਕੋਈ ਝੂਠੀ ਕਾਮਯਾਬੀ ਹੋ ਵੀ ਜਾਂਦੀ ਹੈ, ਪਰ ਆਪਣੇ ਕਰਮਾਂ ਦਾ ਫਲ ਇਸਨੇ ਹਰ ਹਾਲ ਭੋਗਣਾ। ਸੁੱਖ ਨਾਲੋਂ ਕਈ ਗੁਣਾ ਵੱਧ ਦੁੱਖ ਹਾਸਲ ਹੁੰਦਾ। ਤਕਲੀਫਾਂ ਤੇ ਮਾਯੂਸੀ ਉਦਾਸੀ ਹਰ ਵੇਲੇ ਅੱਗੇ ਰਹਿੰਦੀ ਹੈ। ਠੋਕਰਾਂ ਲੱਗਣ ਨਾਲ ਦੁਖੀ ਹੁੰਦਾ ਤਾਂ ਫਿਰ ਹੋਸ਼ ਕਦੇ ਨਾ ਕਦੀ ਆ ਜਾਂਦੀ ਹੈ ਤੇ ਉੱਚੇ ਪਾਸੇ ਵੱਲ, ਤਰੱਕੀ ਵੱਲ ਤੁਰਦਾ। ਜੇ ਇਹਦੇ ਮਨ ਵਿੱਚ ਚੰਗੇ ਖਿਆਲ ਮੌਜੂਦ ਵੀ ਨੇ ਤਾਂ ਬਹੁਤ ਹੱਦ ਤੱਕ ਉਸਦੀ ਜ਼ਿੰਦਗੀ ਸੁਖੀ ਹੋ ਜਾਵੇਗੀ। ਪਾਪ ਘੱਟ ਜਾਣਗੇ, ਦੁੱਖਾਂ ਤੇ ਭੁੱਖਾਂ ਦੀ ਪੀੜ ਤੇ ਮਾਯੂਸੀ ਘੱਟ ਹੋਣ ਲੱਗ ਪਵੇਗੀ। ਪਰ ਮਨੁੱਖ ਦੀ ਦੁਨੀਆ ਬੇਵੱਸੀ ਵਾਲੀ ਹੀ ਰਹੇਗੀ। ਚੰਗੇ ਨਤੀਜਿਆਂ ਨਾਲ ਮਾੜੇ ਵੀ ਆਉਣਗੇ। ਮਨੁੱਖ ਨੂੰ ਮਾੜੇ ਨਤੀਜਿਆਂ ਨੂੰ ਬਦਲ ਦੇਣ ਦਾ ਜਾਂ ਰੋਕ ਦੇਣ ਦਾ ਕੋਈ ਕੰਟਰੋਲ ਨਹੀਂ ਹਾਸਲ ਹੋਵੇਗਾ। ਜੇ ਮਨ ਵਿੱਚ ਆਤਮਿਕ ਖਿਆਲਾਂ ਦੀ ਸਮਝ ਆ ਗਈ ਹੈ ਤੇ ਕੁਝ ਅਭਿਆਸ ਨਾਲ ਆਤਮਿਕ ਸ਼ਕਤੀ ਵੀ ਹੋ ਗਈ ਹੈ ਤਾਂ ਮਨੁੱਖ ਦੀ ਆਪਣੀ ਜ਼ਿੰਦਗੀ ਤੇ ਆਪਣੀ ਹਕੂਮਤ ਹੋਵੇਗੀ। ਜਦੋਂ ਮਨੁੱਖ ਨੂੰ ਗਿਆਨ ਹੋ ਜਾਵੇਗਾ ਕਿ ਵਾਹਿਗੁਰੂ ਸਰਵ ਵਿਆਪਕ ਹੈ ਤੇ ਹਰ ਵੇਲੇ ਮੇਰੇ ਕੋਲ ਹੈ ਤੇ ਮੈਂ ਉਸ ਦਾ ਇੱਕ ਖਿਆਲ ਹਾਂ, ਉਸ ਦਾ ਬੱਚਾ, ਉਸ ਦੀ ਜੋਤ ਹਾਂ ਅਤੇ ਉਸ ਦੀ ਮਾਤਾ ਪਿਤਾ ਵਾਲੀ ਮੁਹੱਬਤ ਮੇਰਾ ਸਾਰਾ ਧਿਆਨ ਕਰ ਰਹੀ ਹੈ, ਵਾਹਿਗੁਰੂ ਸਰਬ ਸ਼ਕਤੀਵਾਨ ਹੈ, ਮੈਂ ਉਸ ਦਾ ਪੂਰਾ ਪ੍ਰਕਾਸ਼ ਹਾਂ, ਮੇਰਾ ਤੇ ਉਸ ਦਾ ਸੂਰਜ ਤੇ ਕਿਰਨ ਵਾਲਾ ਸੰਬੰਧ ਹੈ, ਮੈਂ ਪਾਪ ਨਹੀਂ ਕਰ ਸਕਦਾ, ਬਿਮਾਰੀ ਤੇ ਮੌਤ ਮੈਨੂੰ ਨਹੀਂ ਆਵੇਗੀ, ਪਿਤਾ ਦੇ
ਭਰੇ ਪੂਰੇ ਘਰ ਵਿੱਚ ਮੈਂ ਪੁੱਤਰ ਵਾਂਗ ਹਰ ਚੀਜ਼ ਮੁਫ਼ਤ ਵਿੱਚ ਲੈਣ ਦਾ ਹੱਕਦਾਰ ਹਾਂ, ਵਾਰਸ ਹਾਂ। ਹਰ ਚੀਜ਼ ਤੇ ਪਹਿਲਾਂ ਹੀ ਮੌਜੂਦ ਹੈ, ਪੈਦਾ ਕਰਨ ਦੀ ਕੋਈ ਲੋੜ ਨਹੀਂ। ਮੈਂ ਸਰੀਰ ਤੋਂ ਵੱਖ ਹਾਂ। ਸਰੀਰ ਨਾਸ ਹੋਣ ਵਾਲੀ ਵਸਤੂ ਹੈ, ਪਰ ਮੈਂ ਕਦੇ ਨਾਸ ਨਹੀਂ ਹੋਣਾ। ਸਰੀਰ ਮੇਰੇ ਅਸਲੀ ਆਪੇ ਦੀ ਨਕਲੀ ਤਸਵੀਰ ਹੈ, ਜੋ ਸਦਾ ਹੀ ਝੂਠੀ ਦੁਨੀਆ ਵਿੱਚ ਦਿਸ ਰਹੀ ਹੈ। ਸਰੀਰ ਮੇਰੇ ਵਸ ਵਿੱਚ ਹੈ ਤੇ ਇਸ ਨੇ ਉਹਾ ਕੁਝ ਪ੍ਰਗਟ ਕਰਨਾ ਹੈ ਜੋ ਅਸਲ ਵਿੱਚ ਜੋਤ ਵਿੱਚ ਹੈ। ਇਸ ਤਰ੍ਹਾਂ ਦੇ ਧਾਰਮਿਕ ਖਿਆਲ ਸਮਝ ਕੇ ਵਰਤਣ ਨਾਲ ਬਿਲਕੁਲ ਠੀਕ ਨਤੀਜਾ ਹਾਸਲ ਹੋਵੇਗਾ। ਜਿਸ ਤਰ੍ਹਾਂ ਰੇਡੀਓ ਤੇ ਟੈਲੀਵਿਜ਼ਨ ਕੁਦਰਤੀ ਕਾਨੂੰਨ ਨੂੰ ਸਮਝ ਕੇ ਵਰਤਣ ਨਾਲ ਸਾਡੀ ਮਰਜ਼ੀ ਮੁਤਾਬਕ ਆਵਾਜ਼ ਤੇ ਫੋਟੋ ਪੈਦਾ ਕਰ ਦਿੰਦੇ ਨੇ, ਇਸੇ ਤਰ੍ਹਾਂ ਇਨਸਾਨੀ ਜ਼ਿੰਦਗੀ ਦੇ ਕੁਦਰਤੀ ਕਾਨੂੰਨ ਵਰਤਣ ਨਾਲ ਜ਼ਿੰਦਗੀ ਉੱਤੇ ਵੀ ਰਾਜ ਕਰਨ ਦਾ ਸਾਨੂੰ ਹੱਕ ਹਾਸਲ ਹੋ ਜਾਂਦਾ ਹੈ। ਭੈੜੇ ਖਿਆਲ ਪੈਦਾ ਹੀ ਨਹੀਂ ਹੁੰਦੇ ਤੇ ਚੰਗੇ ਖਿਆਲ ਪੈਦਾ ਹੁੰਦਿਆਂ ਸਾਰ ਪੂਰੇ ਹੋ ਜਾਂਦੇ ਨੇ। ਦੁੱਖਾਂ ਤੇ ਭੁੱਖਾਂ ਦਾ ਹਮੇਸ਼ਾ ਵਾਸਤੇ ਨਾਸ ਹੋ ਜਾਂਦਾ ਹੈ। ਸੁੱਖ ਤੇ ਭਰਪੂਰਤਾ ਹਮੇਸ਼ਾ ਵਾਸਤੇ ਤੇ ਅਵਸ਼ ਹੀ ਮਿਲ ਜਾਂਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਤਮਿਕ ਕਾਨੂੰਨ ਦਾ ਭਰਪੂਰ ਖਜ਼ਾਨਾ ਨੇ। ਸਮਝ ਸਮਝ ਕੇ ਪਾਠ ਕਰਨ ਨਾਲ ਅਤੇ ਕਾਨੂੰਨ ਦੇ ਮੁਤਾਬਕ ਚੱਲਣ ਨਾਲ ਫਲ ਜ਼ਰੂਰ ਹੀ ਮਿਲ ਜਾਂਦਾ ਹੈ। ਹਾਂ, ਸਾਨੂੰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਸਭ ਤੋਂ ਜ਼ਰੂਰੀ ਗੱਲ ਹੈ ਕਿ ਕਦੇ ਪਾਪ ਨਾ ਕਰੋ ਤੇ ਲੋਕਾਂ ਨਾਲ ਉਹ ਸਲੂਕ ਕਰੋ ਜੋ ਤੁਸੀਂ ਆਪਣੇ ਨਾਲ ਕਰਨਾ ਚਾਹੁੰਦੇ ਹੋ। ਪਹਿਲਾਂ ਆਪਣੇ ਆਪ ਨਾਲ ਸੱਚੇ ਹੋ ਕੇ ਵਰਤੋ ਤੇ ਫਿਰ ਦੁਨੀਆ ਨਾਲ ਸੱਚੇ ਹੋਵੋ।